ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਟੋਰੀ ਆਫ ਦਿਡੇ ਵਿੱਚ ਸਵਾਗਤ ਹੈ ਸਟੋਰੀ ਆਫ ਦਿਡੇ ਚ ਅੱਜ ਕੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਆਖਰੀ ਚੋਣ ਕਹਿ ਕੇ ਸੱਤਾ ਤੇ ਕਾਬਜ ਹੋਣਾ ਅਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਇੱਕ ਵਾਰ ਫਿਰ ਤੋਂ ਲੜਨ ਦੇ ਐਲਾਨ ਬਾਰੇ ਪਰਚੋਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੈਪਟਨ ਨੂੰ ਆਪਣੇ ਬਿਆਨ ਤੋਂ ਮੋੜਾ ਕਿਉਂ ਪਿਆ ਵਿਧਾਨ ਸਭਾ ਚੋਣਾਂ 2017 ਜਦੋਂ ਦੋਹਾਂ ਰਵਾਇਤੀ ਪਾਰਟੀਆਂ ਤੋਂ ਇਲਾਵਾ ਇੱਕ ਤੀਜੀ ਧਿਰ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਸੀ ਹਨੇਰੀ ਵੀ ਐਸੀ ਕਿ ਲੱਗਦਾ ਸੀ ਕਿ ਹੁਣ ਸਭ ਕੁਝ ਰੋੜ ਕੇ ਨਾਲ ਹੀ ਲੈ ਜਾਏਗੀ ਤੇ ਬਾਕੀ ਰਾਜਨੀਤਿਕ ਪਾਰਟੀਆਂ ਬਸ ਖੜੀਆਂ ਦੇਖਦਿਆਂ ਰਹਿ ਜਾਣਗੀਆਂ ਪਰ ਇਸ ਸੱਬ ਦੇ ਵਿਚਾਰ ਮੌਜੂਦਾ ਮੁੱਖ ਮੰਤਰੀ ਅਤੇ ਉਸ ਸਮੇਂ ਪਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਅਜਿਹੇ ਬਿਆਨ ਦਾਗੇ ਗਏ ਕਿ ਸੱਤਾ ਤੇ ਕਾਬਜ਼ ਹੋ ਗਏ ਇਹਨਾਂ ਬਿਆਨਾਂ ਤੋਂ ਘਰ ਘਰ ਨੌਕਰੀ ਕਰਜ਼ ਮੁਆਫੀ ਬੁਢਾਪਾ ਪੈਨਸ਼ਨਾਂ 'ਚ ਵਾਧੇ ਤੋਂ ਇਲਾਵਾ ਨਸ਼ਾ ਮੁਕਤੀ ਵੀ ਦਰਜ ਸੀ ਪਰ ਇੱਕ ਅਜੀਹਾ ਬਿਆਨ ਤੇ ਫੈਸਲਾ ਸੀ ਜਿਸ ਤੇ ਪੰਜਾਬੀਆਂ ਨੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾਵਾਣ ਬਣਾਇਆ ਉਸ ਬਿਆਨ ਮੁਤਾਬਕ 2017 ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਚੋਣ ਸੀ ਭਾਵੇਂ ਕੈਪਟਨ ਖੁਦ ਕਹਿੰਦੇ ਸੀ ਕਿ ਪੰਜਾਬੀਓ ਇੱਕ ਵਾਰ ਅਜ਼ਮਾ ਕੇ ਦੇਖ ਲਵੋ ਇਹ ਮੇਰੀ ਆਖਰੀ ਚੋਣ ਹੈ ਤੇ ਸਿਆਸਤ ਛੱਡਣ ਤੋਂ ਪਹਿਲਾਂ ਪੰਜਾਬ ਨੂੰ ਸਵਰਗ ਬਣਾ ਦੇਵਾਂਗਾ ਦਰਅਸਲ ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ 2017 ਵਿਧਾਨ ਸਭਾ ਚੋਣਾਂ ਲਈ ਲੰਬੀ ਤੋਂ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਦਿੱਤਾ ਸੀ ਤੇ ਇਸੇ ਬਿਆਨ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੰਗਾਰ ਦੇ ਵੀ ਨਜ਼ਰ ਆਏ ਸੀ ਇਹ ਤਾਂ ਮੇਰਾ ਕਰ ਹੈ ਮੈਂ ਇਥੋਂ ਸਿਆਸੀ ਜੀਵਨ ਆਪਣਾ ਸ਼ੁਰੂ ਕੀਤਾ ਸੀ ਔਰ ਇਥੇ ਕਦਮ ਕਰੂੰਗਾ ਮੇਰੀ ਲਾਸਟ ਇਲੈਕਸ਼ਨ ਹੈ ਉੱਥੇ ਮੈਂ ਉਹਨੇ ਬੰਦਾ ਬਣਾਉਣਾ ਹੈ ਉਹਨੂੰ ਬਸ ਇੰਨਾ ਫਰਕ ਹੈ ਉਹ ਜਿਹੜਾ ਬੰਦੇ ਨੇ ਲੁੱਟ ਲਿਆ ਪੰਜਾਬ ਜਿਹੜੇ ਬੰਦਿਆਂ ਨੇ ਤਬਾਹ ਕਰਤਾ ਪੰਜਾਬ ਉਹਨਾਂ ਨੂੰ ਸਭ ਤੋਂ ਸਪੱਸ਼ਟ ਆਪਣੇ ਇਸ ਬਿਆਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਸੂਬਾ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਪੰਜਾਬ ਨੂੰ ਸਵਰਗ ਬਣਾਉਣ ਵਾਲੀ ਗੱਡੀ ਵਿੱਚ ਸਵਾਰ ਹੋ ਗਏ ਪਰ ਰਾਜਧਾਨੀ ਚੰਡੀਗੜ੍ਹ ਤੋਂ ਪੰਜਾਬ ਵੱਲ ਚੱਲੀ ਇਹ ਗੱਡੀ ਬਹੁਤਾ ਸਮਾਂ ਨਾ ਚੱਲ ਸਕੀ ਪਾ ਪੰਜਾਬ ਸਰਕਾਰ ਵਿੱਚ ਬਗਾਵਤਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਮੱਸਿਆਵਾਂ ਸ਼ੁਰੂ ਹੋ ਗਈਆਂ ਸਭ ਤੋਂ ਪਹਿਲਾਂ ਪੰਜਾਬ ਦੇ ਖਜ਼ਾਨੇ ਦਾ ਖਾਲੀ ਹੋਣਾ ਤੇ ਫਿਰ ਇੱਕ ਇੱਕ ਕਰਕੇ ਵਿਧਾਇਕਾਂ ਵੱਲੋਂ ਕੈਪਟਨ ਖਿਲਾਫ ਖੜੇ ਹੋਣਾ ਇਸ ਹਸਬ ਦੇ ਵਿਚਾਰ ਸਭ ਤੋਂ ਅਹਿਮ ਤੇ ਖਾਸ ਮੁੱਦਾ ਸੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਲੰਗੀਆਂ ਲੋਕ ਸਭਾ ਚੋਣਾਂ ਦੌਰਾਨ ਸਿੱਧੂ ਵੱਲੋਂ ਕੈਪਟਨ ਅਤੇ ਬਾਦਲਾ ਵਿਚਕਾਰ ਰਲਮਵੀ ਸਿਆਸੀ ਖੇਡ ਖੇਡਣ ਦੇ ਕਠੜ ਇਲਜ਼ਾਮ ਲਗਾਏ ਗਏ ਅਤੇ ਨਾਲ ਹੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ਾਂ ਨੂੰ ਸਜਾਵਾਂ ਨਾ ਦੇਣ ਤੇ ਵੀ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਕੇਰਿਆ ਵਿਵਾਦ ਵਧਿਆ ਤੇ ਸਿੱਧੂ ਆਪਣੀ ਵਜ਼ਾਰਤ ਦੀ ਕੁਰਸੀ ਛੱਡ ਕੇ ਪਾਸੇ ਹੋ ਗਏ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਨਫਰੰেন্স ਰਾਹੀਂ ਪ੍ਰੈਸ ਵਾਰਤਾ ਕੀਤੀ ਜਿਸ ਵਿੱਚ ਉਹਨਾਂ ਕੋਵਿਡ-19 ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਇਸੇ ਪ੍ਰੈਸ ਵਾਰਤਾ ਦੌਰਾਨ ਮੁੱਖ ਮੰਤਰੀ ਨੇ ਆਪਣੀ 2022 ਦੀ ਪਾਰੀ ਬਾਰੇ ਸਪਸ਼ਟ ਕੀਤਾ ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੇ ਸਮਰਥਕ ਚਾਹੁੰਦੇ ਨੇ ਕਿ ਉਹ 2022 ਦੀਆਂ ਚੋਣਾਂ ਲੜਨ ਇਸ ਲਈ ਉਹਨਾਂ ਅਜਿਹਾ ਫੈਸਲਾ ਲਿਆ ਜਦੋਂ ਸ਼ੁਰੂ ਚ ਅਨਾਊਂਸਮੈਂਟ ਤੁਸੀਂ ਕੀਤੀ ਸੀ ਕਿ ਮੇਰੀ ਇਹ ਲਾਸਟ ਟਰਮ ਹੈ ਫੇਰ ਉਸ ਤੋਂ ਬਾਅਦ ਵੀ ਕਹਿੰਦੇ ਮੈਂ ਅਜੇ ਕੰਟੀਨਿਊ ਕਰਾਂਗਾ ਹੁਣ ਤੁਸੀਂ ਵੈਸੇ ਅਸੀਂ ਚਾਹੁੰਦੇ ਨਹੀਂ ਆ ਤੁਸੀਂ ਅ ਮਤਲਬ ਛੱਡੋ ਜਾਂ ਜਾਵੋ ਜਾਂ ਰਿਟਾਇਰ ਹੋ ਪਰ ਕੀ ਤੁਸੀਂ ਹੁਣ ਇਹੀ ਹੈ ਕਿ ਕੰਟੀਨਿਊ ਜਿਹੜੀ ਨੈਕਸਟ ਜਿਹੜੀ 2022 ਦੀ ਇਲੈਕਸ਼ਨ ਹੈ ਤੁਸੀਂ ਲੀਡ ਕਰੋਗੇ ਔਰ ਕਦੇ ਕਦੇ ਇਰਾਦਾ ਤਾਂ ਕਦੇ ਇਸ ਤਰ੍ਹਾਂ ਦੀ ਵਿਚਾਰ ਤਾਂ ਨਹੀਂ ਆਇਆ ਕਿ ਐਕਟਿਵ ਪੋਲਿਟਿਕਸ ਤੋਂ ਕੋਈ ਪਾਸੇ ਹੋਣ ਦਾ ਕੌਣ ਲੀਡ ਕੌਣ ਲੀਡ ਕਰੂਗਾ ਨਹੀਂ ਕਰੂਗਾ ਉਹ ਕਾਂਗਰਸ ਪ੍ਰੈਜ਼ੀਡੈਂਟ ਫੈਸਲਾ ਕਰੇਗਾ ਲੇਕਿਨ ਔਨ ਦ ਇਸ਼ੂ ਆਫ ਮਾਈ ਸਟੈਂਡਿੰਗ

ਪੋਪੂਲਰ ਗਠਨ ਕਿਤੇ ਕਰ ਰਹੇ ਹੋ ਦੇਖੋ ਨਗਜੋਤ ਸਿੰਘ ਸੇਦੂ ਇਜ਼ ਵੈਰੀ ਮਾਚ ਪਾਰਟ ਆਫ ਆਰ ਪਾਰਟੀ ਹੀ ਇਜ਼ ਅ ਚੀਫ ਆਫ ਆਰ ਲੀਡਰਸ਼ਿਪ ਇਨ ਟੈਰੀ ਐਂਡ ਹੀ ਇਜ਼ ਆਲਸੋ ਵੈਰੀ ਮਾਚ ਪਾਰਟ ਆਫ ਆਰ ਪਾਰਟੀ ਤੋ ਇਹ ਗੱਲ ਕਹਿਣੀ ਕਿ ਉਹ ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮੈਂ ਸਵੇਰੇ ਹੀ ਪੜਦਾ ਉਹਨੇ ਕਿ ਮੈਂ ਇੱਕ ਟਾਲ ਕੀਆ ਮੈਂਨ ਤਾਂ ਆਪ ਕਹਿੰਦਾ ਮੈਂ ਕੁਝ ਨਹੀਂ ਬਸ ਤੁਸੀਂ ਤੁਸੀਂ ਨਹੀਂ ਜਾਣਦੇ ਹੋ ਤੋ ਐਸ ਫਾਰ ਐਸ ਇਹ ਕਹਣਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਨਰਜੋਤ ਸਿੰਘ ਜੀ ਸਿੱਧੂ ਨੂੰ ਅਪਰੋਚ ਕੀਤਾ ਕਿ ਆਪ ਕੋ ਲੈ ਕੇ ਜਾਣਾ ਹੈ ਐਬਸੋਲੂਟਲੀ ਪ੍ਰਸ਼ਾਂਤ ਸਰ ਆਈ ਹੈਵ ਨੇਵਰ ਸੈਡ ਐਨੀਥਿੰਗ ਮੈਨ ਦਿਸ ਹੈਵ ਨੇਵਰ ਹੈਪਨਡ ਕੋਈ ਐਜੀ ਗੱਲ ਹੀ ਨਹੀਂ ਹੋਈ ਸੋ ਥੀਸ ਥਿੰਗਸ ਅਨਫੋਰਚਨਟਲੀ ਕਨਫਿਊਜ਼ਨ ਕ੍ਰੀਏਟ ਕਰਦੀਆਂ ਨੇ ਬਟ ਐਸ ਫਾਰ ਐਂਡ ਆਫ ਜੋਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਚੋਣਾਂ ਲੜਨ ਦੇ ਮਾਮਲੇ ਨੂੰ ਲੈ ਕੇ ਜਿੱਥੇ ਸਿਆਸੀ ਖੇਮਿਆਂ ਨੇ ਚਰਚਾ ਛੇੜੀ ਉੱਥੇ ਹੀ ਸਿਆਸੀ ਮਾਹਿਰ ਵੀ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਗਲਤ ਫੈਸਲਾ ਕਰਾਰ ਦੇ ਰਹੇ ਨੇ ਸਿਆਸੀ ਖੇਮੇ ਦਾ ਇਸ ਨੂੰ ਨਵਜੋਤ ਸਿੰਘ ਸਿੱਧੂ ਨਾਲ ਜੋੜ ਕੇ ਵੇਖ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਨੇ ਤੇ ਆਪਣੀ ਹਾਈ ਕਮਾਂਡ ਨੂੰ ਅਲਰਟ ਕਰ ਰਹੇ ਨੇ ਕਿ ਜੇਕਰ ਹਾਈ ਕਮਾਂਡ ਉਨ੍ਹਾਂ ਨੂੰ ਦਰਕਿਨਾਰ ਕਰਨ ਦੀ ਸੋਚ ਰਹੀ ਹੈ ਤਾਂ ਬਿਲਕੁਲ ਨਾ ਸੋਚੇ ਕਿਉਂਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਖਿਲਾਫ ਵੀ ਮੈਦਾਨ ਵਿੱਚ ਆ ਸਕਦੇ ਨੇ ਅਸੀਂ ਇਸ ਬਾਰੇ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਸਰ ਕੈਪਟਨ ਮਰਿੰਦਰ ਸਿੰਘ ਹੋਰੀ ਇੱਕ ਸਾਲ ਪਹਿਲਾਂ ਵੀ ਤੇ ਹੁਣ ਵੀ ਇੱਕ ਵਾਰੀ ਯੂ ਟਰਨ ਕਰ ਗਏ ਜਿਹੜਾ ਉਹ ਕਹਿੰਦੇ ਸੀ ਕਿ ਮੈਂ ਇਲੈਕਸ਼ਨ ਜਿਹੜਾ ਆ ਮੇਰਾ ਲਾਸਟ ਆ ਤੇ ਹੁਣ ਕਹਿੰਦੇ ਨੇ ਕਿ ਮੈਂ ਦੁਬਾਰਾ ਫੇਰ ਲੜੂੰਗਾ ਕਿਵੇਂ ਦੇਖਦੇ ਹੋ ਇਹਨਾਂ ਨੂੰ ਬਦਲਣ ਲੱਗਿਆਂ ਤੇ ਰਾਜਨੀਤਿਕ ਲੋਕਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਕੱਲਾ ਕੈਪਟਨ ਨਹੀਂ ਹੋਰ ਵੀ ਕਈ ਇਹੋ ਜਿਹੇ ਗਪੌੜ ਸੰਖ ਚੱਲਦੇ ਰਹਿੰਦੇ ਹੈਗੇ ਆ ਕਿਉਂਕਿ ਇਹ ਜਿਹੜੇ ਰਾਜਨੀਤੀ ਦੇ ਵਿੱਚ ਲੋਕ ਹੈ ਨਾ ਰਵਿੰਦਰ ਜੀ ਉਹ ਉਹਨਾਂ ਨੂੰ ਝੱਟ ਤੇ ਜਿਹੜਾ ਸੱਚ ਤੇ ਝੂਠ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੁੰਦਾ ਉਹ ਸਾਡੇ ਹਮਾਂਤਮਾ ਜਿਹੜੇ ਆਮ ਸਿਟੀਜ਼ਨ ਨੇ ਉਹਨਾਂ ਨੂੰ ਲੱਗਦਾ ਯਾਰ ਇਹ ਝੂਠ ਬੋਲਦਾ ਤੇ ਹੁਣ ਕੀ ਬਣੂਗਾ ਉਹਨਾਂ ਲਈ ਤੇ ਇਹ ਕਿਉਂ ਵਾਂਗੂ ਲੱਗਦਾ ਝੂਠ ਦੂਜੀ ਗੱਲ ਮੈਂ ਇਹ ਕਹਿੰਦਾ ਕਿ ਜਿਹੜਾ ਇਹਨਾਂ ਦੇ ਘਰ 'ਚ ਖਿਜੜੀ ਪੱਕ ਰਹੀ ਹੈ ਉਹ ਇਸ ਕਰਕੇ ਵੀ ਹੈਗੀ ਹੈ ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਬੜੀਆਂ ਕਮਜ਼ੋਰ ਆ ਅਕਾਲੀ ਦਲ ਵੀ ਜਿੱਤਰਾ ਗਰਜ ਕੇ ਜ ਇੰਨਾ ਕੁਝ ਦਿੱਲੀ ਵੱਲੋਂ ਪੰਜਾਬ ਦੇ ਵਿਰੁੱਧ ਹੋ ਰਿਹਾ ਭਾਵੇਂ ਉਹ ਬਜਟ ਦਾ ਪੈਸੇ ਦੀ ਗੱਲ ਆ ਦੇਣਦਾਰੀਆਂ ਦੀ ਗੱਲ ਆ ਜਾਂ ਕੋਈ ਨਵੇਂ ਤੋਂ ਨਵੇਂ ਰੈਜ਼ੋਲੂਸ਼ਨ ਆ ਹੁਣੇ ਆਰਡੀਨੈਂਸ ਆ ਗਏ ਆ ਜਿਹੜੇ ਉਹਨਾਂ ਦੇ ਵਿਰੁੱਧ ਜੱਟ ਜ਼ਿਮੀਂਦਾਰ ਜਿਹੜੇ ਆ ਉਹ ਤੇ ਸਾਰੇ ਬਿਲਕੁਲ ਥੱਲੇ ਉਹਨਾਂ ਨੂੰ ਥੱਲੇ ਛੋਟ ਦੇਣਗੇ ਬਿਲਕੁਲ ਤਬਾਹ ਕਰ ਦੇਣਗੇ ਉਹਦੇ ਤੇ ਵੀ ਕੋਈ ਬੁਗਤਾ ਨਹੀਂ ਬੋਲ ਸਕਦੇ ਇਸ ਕਰਕੇ ਬੜੀ ਕਮਜ਼ੋਰੀ ਦਿਖ ਰਹੀ ਹੈ ਅਕਾਲੀ ਦਲ ਦੀ ਤੇ ਆਮ ਆਦਮੀ ਪਾਰਟੀ ਵੀ ਜਿਸ ਤਰੀਕੇ ਨਾਲ ਇੱਕ ਤਕੜੀ ਫੋਰਸ ਬਣਨੀ ਚਾਹੀਦੀ ਸੀ ਉਹ ਨਹੀਂ ਦਿਖ ਰਹੀ ਹੁੰਦਾ ਇਹ ਹੈ ਕਿ ਜਦੋਂ ਫਿਰ ਬਾਹਰੋਂ ਤਾਕਤਾਂ ਕਮਜ਼ੋਰ ਹੋਣ ਤੇ ਫਿਰ ਅੰਦਰ ਵਾਲੀਆਂ ਤਾਕਤਾਂ ਜ਼ਿਆਦਾ ਇੱਕ ਦੂਜੇ ਨਾਲ ਖਿੱਚੋ ਤਾਣ ਕਰਨ ਲੱਗ ਪੈਂਦੀਆਂ ਉਹ ਫਿਰ ਅੰਦਰ ਹੀ ਆਪਣੀ ਇੱਕ ਆਪੋ ਜੀਸ਼ਨ ਖੜੀ ਕਰਕੇ ਤੇ ਮ제 ਲੈਣ ਲੱਗ ਜਾਂਦੇ ਕਾਂਗਰਸ ਦੀ ਮੈਨੂੰ ਹਾਲਤ ਇਹ ਲੱਗਦੀ ਹੈ ਵੀ ਕਦੀ ਸ਼ਨੀਲ ਜਾਖੜਦਾ ਇਹੋ ਜਿਹਾ ਬਿਆਨ ਆ ਜਾਂਦਾ ਆਖਰ ਬਾਜਵਾ ਤੇ ਕੋਈ ਮੌਕਾ ਛੱਡਦਾ ਹੀ ਨਹੀਂ ਪ੍ਰਤਾਪ ਸਿੰਘ ਬਾਜਵਾ ਉਹਨੇ ਅੱਜ ਵੱਡਾ ਲੰਮਾ ਬਿਆਨ ਦੇ ਕੇ ਕਿਹਾ ਹੈ ਕਿ ਬੱਸ ਕਰੋ ਹੁਣ ਕੀ ਕਰਨਾ ਹੈ ਤੁਸੀਂ ਆਪਣੀ ਇੱਜ਼ਤ ਦੇ ਨਾਲ ਛੱਡੋ ਤੁਸੀਂ ਐਵੇਂ ਫਿਰ ਧੱਕੇ ਨਾਲ ਛਡਾਵਾਂਗੇ ਫਿਰ ਚੰਗੀ ਗੱਲ ਆ ਮਤਲਬ ਇਹ ਸ਼ਬਦ ਨਹੀਂ ਗਏ ਪਰ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਹੋਰ ਕਈਆਂ ਦੀ ਐਗਜ਼ਾਮਪਲ ਦੇ ਕੇ ক্রিকেট ਕਿਸੇ ਦਾ క్రికెਟੀਅਰ ਦਾ ਐਗਜ਼ਾਮਪਲ ਦੇ ਕੇ ਦੇਖੋ ਉਹਨਾਂ ਨੇ ਕਿੰਨੀ ਇੱਜ਼ਤ ਦੇ ਨਾਲ ਆਪਣੇ ਆਪ ਛੱਡਤਾ ਤੇ ਉਹਨਾਂ ਦੀ ਇੱਜ਼ਤ ਬਣੀ ਰਹੀ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਜਦ ਤੁਸੀਂ ਇੱਕ ਰੀ ਲੋਕਾਂ ਨਾਲ ਵਾਅਦਾ ਕੀਤਾ ਸੀ ਪਾਰਟੀ ਨਾਲ ਸਾਡੇ ਸਾਰਿਆਂ ਨੂੰ ਭਰੋਸਾ ਦਿੱਤਾ ਸੀ ਤਾਂ ਅਸੀਂ ਤੁਹਾਨੂੰ ਲੀਡਰ ਮੰਨਿਆ ਸੀ ਹੁਣ ਤੁਸੀਂ ਫੇਰ ਆਪਣੇ ਜੱਫਾ ਪਾ ਕੇ ਲਾਲਚ ਨਾ ਕਰੋ ਲਾਲਚ ਬੁਰੀ ਬਿਲਾ ਹੈ ਉਹ ਉਹਨਾਂ ਨੂੰ ਚੇਤਾ ਕਰਾ ਰਹੇ ਆ ਇਹ ਤੇ ਰੋਜ਼ ਹੀ ਤਕਰੀਬਨ ਕਾਹੇ ਬਗਾਹੇ ਕਿਸੇ ਤਰੀਕੇ ਨਾਲ ਇਸੇ ਤਰੀਕੇ ਨਾਲ ਤੁਸੀਂ ਪ੍ਰਗਟ ਸਿੰਘ ਉਹਨਾਂ ਦੇ ਬਿਆਨ ਦੇਖ ਲਓ ਦੋ ਪੇਜ ਦੀਆਂ ਚਿੱਠੀਆਂ ਉਹ ਤੇ ਖਰੇੜ ਕੇ ਰੱਖ ਦਿੰਦੀਆਂ ਮੈਨੂੰ ਤੇ ਲੱਗਦਾ ਇਹੋ ਜੀ ਚਿੱਠੀ ਕਦੀ ਅਕਾਲੀ ਦਲ ਨੇ ਨਹੀਂ ਲਿਖੀ ਹੋਣੀ ਜਿਹੜੀ ਪ੍ਰਗਟ ਸਿੰਘ ਖੁਦ ਆਪਣੇ ਆਪਣੇ ਵਿਧਾਇਕ ਲੈ ਬਿਲਕੁਲ ਆਪਣੇ ਜੀ ਮੰਤਰੀ ਦੋ ਵਾਰੀ ਉਹਨਾਂ ਨੇ ਕੀਤੀ ਹੈ ਦੋ ਤਿੰਨ ਮਹੀਨੇ ਪਹਿਲਾਂ ਵੀ ਸੀਗੀ ਉਦੋਂ ਵੀ ਉਹਨਾਂ ਨੇ ਜਵਾਬ ਮੰਗੇ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਆ ਉਹ ਦੱਸੋ ਉਹਦਾ ਕੀ ਕਰਨਾ ਹੁਣ ਫੇਰ ਉਹਨਾਂ ਨੇ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਤੁਸੀਂ ਵਾਅਦਾ ਕਰਕੇ ਆਏ ਸੀ ਕਿ ਅਸੀਂ ਬਰਗਾੜੀ ਵਾਲੇ ਦਾ ਇਨਸਾਫ ਦਿਵਾਵਾਂਗੇ ਜੋ ਵੀ ਉੱਥੇ ਇਹਨਾਂ ਅਨਰਥ ਹੋਇਆ ਆ ਉਹ ਕਿੱਥੇ ਗਿਆ ਕਿੱਥੇ ਵਾਦੇ ਗਏ ਉਹ ਬਾਰ-ਬਾਰ ਪੁੱਛਦੇ ਤੇ ਉਹ ਟਮਾਟੋ ਇਧਰ-ਉਧਰ ਮਤਲਬ ਕਰ ਦਿੰਦੇ ਆ ਪ੍ਰੀਮੀਨਿਸਟਰ ਸਾਹਿਬ ਕੋਈ ਬਹੁਤੀ ਕਿਸੇ ਦੀ ਸੁਣਦੇ ਨਹੀਂ ਤੇ ਇਸ ਕਰਕੇ ਇੱਕ ਲੈਵਲ ਤੇ ਇਹ ਗੱਲ ਠੀਕ ਵੀ ਲੱਗਦੀ ਆ ਕਿ ਲੀਡਰ ਜਿਹੜੇ ਆ ਉਹ ਕੋਈ ਜੱਫਾ ਨਹੀਂ ਮਾਰਨਾ ਜਿਹਦਾ ਡੈਮੋਕ੍ਰੇਸੀ ਵਿੱਚ ਜਿਹੜਾ ਜ਼ਿਆਦਾ ਕੰਪੀਟੈਂਟ ਹੋਵੇ ਉਸ ਨੂੰ ਬਦਲ ਜਾਣਾ ਚਾਹੀਦਾ ਨਾਲੇ ਮੈਂ ਦੂਸਰੀ ਗੱਲ ਵੀ ਰਵੀ ਜੀ ਪੁੱਛ ਚੌਂ ਨਾ ਐਤ ਕੀ ਪੰਜ ਸਾਲਾਂ ਚ ਇਹ ਚੀਫ ਮਿਨਿਸਟਰ ਨੇ ਕੀ ਚੰਦ ਚੜ੍ਹਾਦੇ ਜਿਹੜੇ ਪੰਜ ਸਾਲ ਹੋਰ ਮੰਗ ਰਿਹਾ ਕਿ ਮੈਨੂੰ ਇੱਕ ਵਾਰੀ ਫੇਰ ਦੇ ਦਿਓ ਵੀ ਅਸੀਂ ਨਵੀਂ ਗੁੱਡੀ ਚੜਾਵਾਂਗੇ ਹੁਣ ਤੇ ਤੁਸੀਂ ਕਰ ਲਓ ਥੋੜਾ ਤਬਾਈ ਕਰਤੀ ਹੈ ਪੰਜਾਬ ਦੀ ਕੁਛ ਨਹੀਂ ਕੀਤਾ ਨਾ ਬਿਲਕੁਲ ਵਾਦੇ ਤੇ ਵਾਦੇ ਔਰ ਖੋਖਲੇ ਵਾਦੇ ਮੈਂ ਹੈਰਾਨ ਸੀ ਮੈਨਾਂ ਦਾ ਪ੍ਰੋਗਰਾਮ ਪਾਰਟੀ ਦਾ ਕੱਢ ਕੇ ਜਿਹੜਾ ਮੈਨੀਫੈਸਟੋ ਇਲੈਕਸ਼ਨ ਵਾਲਾ ਦੇਖ ਰਿਹਾ ਸੀ ਇਹਨਾਂ ਨੇ ਵਾਦੇ ਕੀਤੇ ਕਿ ਅਸੀਂ ਇਹ 6% ਜਿਹੜਾ ਪੰਜਾਬ ਦੀ ਡੋਮੈਸਟਿਕ ਪ੍ਰੋਡਕਸ਼ਨ ਦਾ ਜਿਹੜੀ ਉਹਦੀ ਜਾਇਦਾਦ ਆ ਤਾਂ ਦੌਲਤ ਪੰਜਾਬ ਚ ਪੈਦਾ ਹੁੰਦੀ ਆ ਸਟੇਟ ਡੋਮੈਸਟਿਕ ਪ੍ਰੋਡਕਸ਼ਨ ਨੂੰ ਕਹਿੰਦੇ ਆ ਐਸਡੀ ਤਾਂ ਉਸ ਦਾ 6% ਅਸੀਂ ਕਰਾਂਗੇ ਮੈਨੂੰ ਨਹੀਂ ਲੱਗਦਾ 1% ਵੀ ਹੈਗਾ ਐਸ ਕਰਕੇ ਜੋ ਜੋ ਤਰੀਕੇ ਨਾਲ ਇਹ ਚੱਲ ਰਹੇ ਹੈਗੇ ਆ ਕੁਝ ਨਹੀਂ ਕੀਤਾ ਜੋ ਪਹਿਲਾ ਸਿਸਟਮ ਹਥੇ ਆਇਆ ਜਿਵੇਂ ਸਾਡੇ ਸੈਂਟਰ ਦੇ ਵਿੱਚ ਜੋ ਅੰਗਰੇਜ਼ਾਂ ਤੋਂ ਸਿਸਟਮ ਆਇਆ ਉਹਦਾ ਹੋਰ ਵਿਗਾੜ ਪਾਪੂ ਕੇ ਉਹਨੂੰ ਹੋਰ ਲੁੱਟਣ ਵਾਲਾ ਬਣਾ ਕੇ ਉਹਨੂੰ ਅੱਗੇ ਤੋਰੀ ਜਾਂਦੇ ਆ ਸਾਰੇ ਤਰੀਕੇ ਨਾਲ ਇਹ ਕਾਲੀਆਂ ਤੋਂ ਜੋ ਲੈਂਦੇ ਆ ਸਿਸਟਮ ਲੈ ਲਿਆ ਵੀ ਆ ਤੂੰ ਚੋਰ ਮੋਰੀਆਂ ਬਣੀਆਂ ਇੱਥੋਂ ਇੱਥੋਂ ਪੈਸਾ ਇਕੱਠਾ ਕਰਨਾ ਇੱਥੋਂ ਇੱਥੋਂ ਪੰਜਾਬ ਦੀ ਤਬਾਹੀ ਕਰਨੀ ਆ ਉਸ ਨੂੰ ਅੱਗੇ ਹੋਰ ਤੋਰੀ ਜਾਂਦੇ ਆ ਸਰ ਸਾਹਿਬ ਪ੍ਰੋਫੈਸਰ ਸਾਹਿਬ ਇੱਕ ਚਰਚਾਵਾ ਜਿਹੜੀਆਂ ਬਹੁਤ ਸਾਰੀਆਂ ਸਿਆਸੀ ਜਿੰਨਾ ਵੀ ਇਹ ਹੈਗਾ ਉਹਦੇ ਵਿੱਚ ਚੱਲਦੀਆਂ ਰਹਿੰਦੀਆਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਆਪਣੇ ਆਪ ਨੂੰ ਹੁਣ ਅਨਸੇਫ ਮਹਿਸੂਸ ਕਰਦੇ ਨੇ ਕਾਂਗਰਸ ਦੇ ਵਿੱਚ ਰਹਿ ਕੇ ਤੇ ਕਿਤੇ ਇਹ ਤਾਂ ਨਹੀਂ ਹੈਗਾ ਕਿ ਇਹ ਚੱਲਦੇ ਆਨਸੇਫ ਦੇ ਚੱਲਦੇ ਆ ਉਹਨਾਂ ਨੇ ਆਪਣੀ ਹਾਈ ਕਮਾਂਡ ਨੂੰ ਇਹ ਕੰਨ ਕੀਤੇ ਹੋਣ ਕਿ ਤੁਸੀਂ ਮੈਨੂੰ ਇੱਧਰ-ਉੱਧਰ ਕਰਨ ਦੀ ਕਦੇ ਵੀ ਸੋਚ ਨਾ ਲਿਓ ਆਪਣੇ ਦਿਮਾਗ 'ਚ ਵੀ ਨਾ ਲਿਆਓ ਕਿਉਂਕਿ ਤੁਸੀਂ ਇਹ ਸੋਚ ਲਓ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਲੈਕਸ਼ਨ ਨਹੀਂ ਲੜਨੇ ਮੈਂ ਇਲੈਕਸ਼ਨ ਵੀ ਲੜੂੰਗਾ ਤੇ ਮੈਂ ਆਪਣੀ ਨਵੀਂ ਪਾਰਟੀ ਵੀ ਬਣਾ ਸਕਦਾ ਜਿਵੇਂ ਉਹਨਾਂ ਨੇ ਆਪਣੇ ਸੀਐਮ ਬਣਨ ਤੋਂ ਬਾਅਦ ਇਹ ਗੱਲ ਕਹੀ ਸੀਗੀ ਕਿ ਮੈਂ ਆਪਣੀ ਨਵੀਂ ਪਾਰਟੀ ਬਣਾਉਣ ਦੇ ਤਿਆਰੀ ਸੀ ਮੈਂ ਤੁਹਾਨੂੰ ਦੱਸ ਦਿਆਂ ਇਹ ਪਿਛਲੀ ਵਾਰੀ ਤੇ ਠੀਕ ਸੀ ਜੇ ਇੰਜ ਹੋ ਜਾਂਦਾ ਇਹਦੀ ਬਗਾਵਤ ਹੋ ਜਾਂਦੀ ਤੇ ਲੋਕਾਂ ਨੇ ਇਹਦੀ ਬੱਲੇ ਬੱਲੇ ਕਰਾਉਣੀ ਸੀ ਕਾਰਨ ਉਹਦਾ ਕੀ ਸੀ ਕਿ ਪਿਛਲੀ ਜਿਹੜੀ ਇਹਦੀ ਟਰਮ ਸੀ ਜੀ 2002 ਤੋਂ 7 ਵਾਲੀ ਉਹਦੇ ਚ ਇਹ ਚੰਗਾ ਇਮੇਜ ਲੈ ਕੇ ਗਿਆ ਸੀ ਖੁੰਡਾ ਖੜਕਾਉਣ ਵਾਲੀ ਗੱਲ ਕਰਦਾ ਸੀਗਾ ਕਾਲੀਆਂ ਦੇ ਵਿਰੁੱਧ ਵੀ ਵੈਸੇ ਵੀ ਕਿਸਾਨਾਂ ਨੇ ਉਹਦੀ ਟਰਮ ਓਵਰਆਲ ਪਾਣੀਆਂ ਦਾ ਜਿਹੜਾ 2004 ਦੇ ਵਿੱਚ ਰੈਜ਼ੋਲੂਸ਼ਨ ਪਾਸਤਾ ਨਵੇਂ ਪੁਰਾਣੇ ਸਾਰੇ ਐਕਟ ਜਿਹੜੇ ਸੀ ਅਨਲਾਈਮੈਂਟ ਕਰਤੀ ਉਹਦੇ ਚ ਦਾ ਇੱਕ ਚੰਗਾ ਇਮੇਜ ਬਣਿਆ ਸੀ ਵੀ ਖੜਕੂ ਬੰਦਾ ਇਹੋ ਹੀ ਚੰਗਾ ਸਾਨੂੰ ਜੋ ਐਤੀ ਜਿੰਨਾ ਉਹਦੇ ਉਲਟ ਪੱਠਾ ਬਿਠਾਤਾ ਬਣਾ ਕੇ ਦੇਖ ਲੈ ਪਾਰਟੀ ਜੇ ਮੈਗਨਾ ਘਰ ਇਕੱਠਾ ਰੱਖਣਾ ਹੈ ਤੇ ਪੂਰੀ ਆਪਣੀ 2022 ਤੱਕ ਟਰਮ ਤੇ ਪੂਰੀ ਕਰੇ ਪਹਿਲਾਂ ਫਿਰ ਉਹ ਅਗਲੀ ਵਾਰ ਵੀ ਦੇਖੀ ਜਾਊਗੀ ਇਹ ਗੱਲਾਂ ਨਹੀਂ ਹੁਣ ਚੱਲਣੀਆਂ ਉਹ ਗਿਆ ਹੁਣ ਹੁਣ ਇਸ ਵੇਲੇ ਜਿਹੜਾ ਕਾਂਗਰਸ ਦਾ ਪੰਜਾਬ ਦੇ ਵਿੱਚ ਸਭ ਤੋਂ ਇਮੇਜ ਡੋਬਣ ਵਾਲੇ ਥੱਲੇ ਕਰਨ ਵਾਲੇ ਉਹ ਇਹ ਮਰਿੰਦਰ ਸਿੰਘ ਦੀ ਗਵਾਈ ਚ ਹੋ ਰਿਹਾ ਇਸ ਕਰਕੇ ਉਹ ਭੁੱਲ ਜਾਣਗੇ ਜੇ ਲੱਗ ਕੋਈ ਨਵੀਂ ਪਾਰਟੀ ਬਣਾ ਕੇ ਤੇ ਆਪਣੇ ਆਪ ਨੂੰ ਇਹ ਵੱਡੀ ਧਿਰ ਖੜੀ ਕਰ ਦੇਣਗੇ ਕਿਸੇ ਨੇ ਨਹੀਂ ਪੁੱਛਣਾ ਹੈ ਔਰ ਆਪਣੀ ਬੇਇੱਜ਼ਤੀ ਕਰਾ ਕੇ ਜਾਣਗੇ ਚੁੱਪ ਕਰਕੇ ਜਿੱਥੇ ਆ ਬੈਠੇ ਰਹਣ ਅੰਦਰੂਨੀ ਜਮਹੂਰੀਅਤ ਆਪਣੇ ਐਮ 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 ਪੀਆ ਦਾ ਔਰ ਆਪਣੇ ਐਮੈਲੀਆ ਦਾ ਔਰ ਆਪਣੇ ਮਨਿਸਟਰਾਂ ਦੀ ਗੱਲ ਨੂੰ ਸੁਣ ਕੇ ਚੱਲਣ ਰਜਵਾੜਾशाही ਜਿਹੜੀ ਜਿਹੜੀ ਚੱਲ ਰਹੀ ਆ ਉਹ ਨਹੀਂ ਚੱਲੂਗੀ ਦੂਜੀ ਗੱਲ ਜਿਹੜੀ ਤੁਸੀਂ ਇੰਟਰਵਿਊ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਮੁੱਦਾ ਸਿੱਧੂ ਵਾਲਾ ਨਵਜੋਤ ਸਿੱਧੂ ਵਾਲਾ ਉਹ ਬੜਾ ਇੰਪੋਰਟੈਂਟ ਮੁੱਦਾ ਹੈਗਾ ਦੇਖੋ ਪਹਿਲਾਂ ਤੇ ਉਹਨੂੰ ਘਰ ਬਿਠਾਉਣ ਵਾਲਾ ਇਹੀ ਹੈ ਹੈਨਾ ਕਿਉਂਕਿ ਉਹ ਇੱਕ ਉਹ ਤਾਂ ਕੱਦ ਵੱਡਾ ਹੋ ਗਿਆ ਇਹਨੂੰ ਕਿਤੇ ਹਰ ਲੀਡਰ ਚਾਹੁੰਦਾ ਕਿ ਜੇ ਉਹਦਾ ਪਪੂਲਰ ਜ਼ਿਆਦਾ ਹੋ ਰਿਹਾ ਤਾਂ ਪਹਿਲਾਂ ਮੈਂ ਇਹਦਾ ਇੰਤਜ਼ਾਮ ਕਰਾਂ ਉਹਦਾ ਇੰਤਜ਼ਾਮ ਉਹਨੂੰ ਕਰੇ ਬਿਠਾਲਦਾ ਬਿਲਕੁਲ ਸੈਂਟਰ ਦੇ ਵਿੱਚ ਉਹਦਾ ਤੁਹਾਨੂੰ ਪਤਾ ਹੈ ਰਾਹੁਲ ਨਾ ਪ੍ਰਿਯੰਕਾ ਨਾ ਸੋਨੀਆ ਨਾ ਸਾਰਾ ਠੀਕ ਠਾਕ ਹੈਗਾ ਆ ਤੇ ਐਵੇਂ ਬਾਦੂ ਗੱਲਾਂ ਕਰਦੇ ਆ ਸਾਡੇ ਕੋਲ ਆ ਜੇ ਅਸੀਂ ਹਾਰ ਲੈ ਕੇ ਬੈਠੇ ਕਦੀ ਕੇਜਰੀਵਾਲ ਕਹਿੰਦਾ ਕਦੀ ਭਗਵੰਤ ਮਾਨ ਕਹਿੰਦਾ ਇਹ ਕੋਈ ਗੱਲਾਂ ਬਣਦੀਆਂ ਨਹੀਂ ਹੈਗੀਆਂ ਜੇ ਚਲੇ ਜਾਊਗਾ ਤੇ ਉਹ ਵੀ ਚਲੇ ਜਾ ਕੇ ਦੇਖ ਲੈ ਮੇਰਾ ਉੱਥੇ ਵੀ ਇਹ ਹੋਈ ਹੈ ਵੀ ਜੇ ਉਧਰ ਉਹਨੇ ਜਾਣਾ ਉਹ ਵੀ ਜਾ ਕੇ ਦੇਖ ਲੈ ਕੀ ਭਾ ਵੇਖਦੀ ਇੱਕ ਵਾਰੀ ਗਿਆ ਸੀ ਉਹਨਾਂ ਨੇ ਕੋਈ ਗੱਲੇ ਨਹੀਂ ਬਣੀ ਜਦੋਂ ਇਹਨੇ ਆਪਣੀਆਂ ਕੰਡੀਸ਼ਨਾਂ ਪੱਤੇ ਖੋਲ ਕੇ ਰੱਖੇ ਤੇ ਉਹ ਭੱਜ ਲਿਆ ਗੇਜਰੀ ਵਾਲ ਅੱਗੇ ਅੱਗੇ ਘਾਰਨਾ ਹੈਗੀਆਂ ਉਤਾਰ ਚ ਆਪਣੇ ਜਗਮੀਤ ਸਿੰਘ ਬਰਾੜ ਹੋਰੀ ਹੋਗੇ ਜਾਂ ਫਿਰ ਬਹੁਤ ਸਾਰੀਆਂ ਇਦਾਂ ਦੀਆਂ ਉਦਾਹਰਨਾਂ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਆ ਇਸ ਕਰਕੇ ਨਵਜੋਤ ਸਿੱਧੂ ਲਈ ਵੀ ਹੋਰ ਕੋਈ ਜਗ੍ਹਾ ਹੈ ਨਹੀਂ ਪਰ ਐ ਜੇ ਅੜ ਕੇ ਬੈਠੂਗਾ ਤੇ ਮੇਰਾ ਖਿਆਲ ਹੈ ਕਿ ਸੈਂਟਰ ਜਿਹੜਾ ਆ ਨਵਜੋਤ ਸਿੱਧੂ ਹੋਏ ਪ੍ਰਤਾਪ ਬਾਜਵਾ ਹੋਏ ਸੁਨੀਲ ਜਾਖੜ ਹੋਏ ਪ੍ਰਗਟ ਸਿੰਘ ਇਹ ਸਾਰੀ ਜਿਹੜੀ ਟੀਮ ਹੈ ਇੱਕ ਨਵੀਂ ਉਹ ਕਾਂਗਰ ਚੌਣੀ ਚੀਲੇ ਜੇ ਕਾਂਗਰ ਦਾ ਇੱਥੇ ਇਹਨਾਂ ਨੇ ਮਾੜਾ ਮੋਟਾ ਸਰੂਪ ਰੱਖਣਾ ਨਹੀਂ ਤੇ ਫਿਰ ਨਹੀਂ ਤੇ ਫਿਰ ਮੇਰਾ ਤੇ ਖਿਆਲ ਹੈ ਜੋ ਸਾਰੇ ਦੇਸ਼ ਚ ਹਾਲ ਹੈਗਾ ਜਾਂ ਜੋ ਪਾਰਲੀਮੈਂਟ ਚ ਜਿੰਨੇ ਕ ਬੰਦੇ ਬੈਠੇ ਆ ਜੋ ਗੁਜਰਾਤ ਦੇ ਵਿੱਚ ਲਗਾਤਾਰ ਹੋ ਰਿਹਾ ਕੋ ਉਧਰ ਨੂੰ ਵਿਕ ਗਏ ਉਧਰ ਨੂੰ ਵੇਗੇ ਹੁਣ ਪਿਛਲੀ ਵਾਰੀ ਵੀ ਵਿਕ ਗਏ ਸੀ ਹੁਣ ਵੀ ਵਿਕ ਗਏ ਆ ਤੇ ਉਹ ਹਾਲਾਤ ਪੰਜਾਬ ਦੇ ਵਿੱਚ ਵੀ ਹੋਣ ਦੇ ਕਾਫੀ ਸ਼ੰਕੇ ਹੋ ਸਕਦੇ ਆ ਜੇ ਇਹਨਾਂ ਨੇ ਹੁਣ ਦੀ ਘੜੀ ਕੈਪਟਨ ਸਾਹਿਬ ਨੇ ਆਪਣੀ ਕੈਪਟਨੀ ਨੂੰ ਨਾ ਬਚਾਇਆ ਤੇ ਔਰ ਆਪਣੇ ਅੰਦਰੂਨੀ ਲੋਕਤੰਤਰ ਸਭ ਦੀ ਆਵਾਜ਼ ਨੂੰ ਨਾਲ ਲੈ ਕੇ ਚੱਲਣ ਦਾ ਨਾ ਕੋਈ ਜ਼ਰੀਆ ਬਣਾਇਆ ਨਾ ਕੋਈ ਢੋਈ ਬਣਾਈ ਜੀ ਪ੍ਰੋਫੈਸਰ ਸਾਹਿਬ ਮੂ ਮਹਾਂਦਰਾ ਕਿਵੇਂ ਦੇਖਦੇ ਹੋ ਕਿਉਂਕਿ 2022 ਚ ਬੇਸ਼ੱਕ ਹਲੇ ਆਪਾਂ ਮੰਨ ਸਕਦੇ ਆ ਕਿ 2 ਸਾਲ ਨੇ ਪਰ ਅਸਲ ਦੇ ਵਿੱਚ ਸਾਲ ਸਮਾਂ ਹੈਗਾ ਉਸ ਤੋਂ ਬਾਅਦ ਜਿਹੜੀ ਇਹ ਸਿਆਸਤ ਉਥਲ ਪੁਥਲ ਹੋਰ ਹੋਊਗੀ ਪਰ ਇਸ ਵੇਲੇ ਮੂਹ ਮੰਦਰਾ ਕਿਵੇਂ ਦੇਖਦੇ ਹਾਂ ਜੇ ਕਾਂਗਰਸ ਦੀ ਗੱਲ ਕਰੀਏ ਤੁਹਾਡੇ ਕਹਿਣ ਦੇ ਮੁਤਾਬਕ ਅਕਾਲੀ ਦਲ ਵੀ ਐਡਾ ਲਾਇਬਲ ਨਹੀਂ ਹੋਇਆ ਹਲੇ ਹਲੇ ਉਹਨਾਂ ਦੇ ਬਰਾਬਰ ਖੜਨ ਜੋਗਾ ਨਹੀਂ ਹੋਇਆ ਆਮ ਆਦਮੀ ਪਾਰਟੀ ਵੀ ਹਲੇ ਤਤਰ ਬਤਰ ਹੈ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਮੂਹ ਮੰਦਰਾ ਕੀ ਦੇਖਦੇ ਹਾਂ 2022 ਨੂੰ ਲੈ ਕੇ ਦੇਖੋ ਜੀ ਅੱਜ ਦੀ ਤਰੀਕ ਚ ਜੋ ਦੇਖ ਰਹੇ ਆਂ ਤੇ ਲੋਕੀ ਬਿਲਕੁਲ ਜਿਹਨੂੰ ਕਹਿੰਦੇ ਕਿ ਆਪਣੇ ਮਨ ਜਿਹਨੂੰ ਕਹਿੰਦੇ ਇੰਗਰੀਜ਼ ਕੀ ਕੀਪਿੰਗ ਥੇਅਰ ਫਿੰਗਰਸ ਕ੍ਰਾਸਡ ਉਹ ਆਪਣੀਆਂ ਹੁਣ ਅਜੇ ਤੇ ਮੂੰਹ ਚ ਅੰਗਾ ਜਣੀ ਬੰਦ ਕਰਕੇ ਬੈਠੇ ਆ ਸੋਚ ਰਹੇ ਆ ਵੀ ਕੀ ਕਰੀਏ ਕੋਈ ਰਾਹ ਨਹੀਂ ਦਿਖਦਾ ਜਣੀ ਇੰਜ ਕਹ ਲਓ ਕਿ ਲੋਕਾਂ ਨੂੰ ਆਪਣੇ ਹਾਲ ਤੇ ਛੱਡਿਆ ਹੰਮਣ ਕੇਰੀ ਚ ਫਸੇ ਹੋਏ ਆ ਔਰ ਬਹੁਤ ਨਿਰਾਸ਼ ਆ ਰਾਜਨੀਤਿਕ ਜਮਾਤਾਂ ਤੋਂ ਸਾਰੀ ਤੋਂ ਇੱਕ ਉਮੀਦ ਕੇਜਰੀਵਾਲ ਤੋਂ ਆਈ ਸੀਗੀ ਉਹਨੇ ਵੀ ਨਿਰਾਸ਼ ਕੀਤਾ ਹੁਣ ਇਸ ਵੇਲੇ ਤੇ ਇੰਜ ਸਮਝ ਲਓ ਕਿ ਲੋਕ ਅਜੇ ਢੀਕ ਰਹੇ ਆ ਲੋਕ ਕੀ ਚਾਹੁੰਦੇ ਆ ਆਈਡੀਲੀ ਲੋਕ ਇਹ ਚਾਹੁੰਦੇ ਆ ਜਾਂ ਤੇ ਅਕਾਲੀ ਦਲ ਆਪਣੀ ਅੱਜ ਤੋਂ 50 ਸਾਲ ਵਾਲੀ ਪਹਿਲੀ ਸੋਰਚ ਆ ਜੇ ਬੀਜਪੀ ਦਾ ਸਾਥ ਛੱਡ ਕੇ origional aspirations ਨੂੰ ਜਿਹੜੀਆਂ ਲੋਕਾਂ ਦੀਆਂ ਆਕੰਸ਼ਾਾਂਆਂ ਆ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਕਿਸਾਨੀ ਦੀਆਂ ਉਸ ਨੂੰ ਇਹ ਨਮਾਇੰਦਗੀ ਦੇਣ ਜਿਹੜਾ ਕੋ ਕਰਨ ਤਾਂ ਮੈਨੂੰ ਲੱਗਦਾ ਨਹੀਂ ਕਿਉਂਕਿ ਬਾਰ ਬਾਰ ਉਹ ਇਸੇ ਤਰੀਕੇ ਦੀਆਂ ਜੋ ਕਰਦੇ ਆ ਕਿ ਉੱਥੇ ਜਾ ਕੇ ਉਹਨਾਂ ਦੇ ਕੁਛੜ ਛੱਡਦੇ ਪਤਾ ਨਹੀਂ ਕੀ ਉਹਨਾਂ ਨੇ ਭਕਵੇਂ ਕਰਨ ਦਾ ਇਹਨਾਂ ਦੇ ਉੱਤੇ ਦਿਮਾਗ ਦੇ ਉੱਤੇ ਜਾਦੂ ਪਾਇਆ ਉੱਥੇ ਛੋਟੇ ਛੋਟੇ ਲਾਲਚੀ ਵੱਡੀਆਂ ਵੱਡੀਆਂ ਕੁਰਬਾਨੀਆਂ ਜਾਨੀ 네ਗੇਟਿਵਲੀ ਜਿਹਨੂੰ ਕਹੀਏ ਉਹ ਕਰ ਦਿੰਦੇ ਆਪਣੀ ਪੋਲਿਟਿਕਸ ਦੀਆਂ ਇਨਾਂ ਹਲਾ ਤਾਂ ਸੱਚੀ ਗੱਲ ਹੈ ਕਿ ਪੰਜਾਬ ਦੇ ਲੋਕ ਇੱਕ ਸਟਰੋਂਗ ਰੀਜIONAL ਇਮਾਨਦਾਰ ਪਾਰਟੀ ਜਾਂ ਪਲੇਟਫਾਰਮ ਨੂੰ ਲੱਭ ਰਹੇ ਆ ਉਹ ਅਜੇ ਸਮਾਂ ਹੈਗਾ ਵਿੱਚਾ ਕਰੋਨਾ ਦੀ ਪਸੂੜੀ ਪੈ ਗਈ ਨਹੀਂ ਤੇ ਹੁਣ ਤੱਕ ਉਹ ਕਾਫੀ ਨਿੱਤਰ ਕੇ ਸ਼ਾਇਦ ਆਉਂਦਾ ਸਾਡੇ ਨਾਲ ਵੀ ਬਹੁਤ ਸਾਰੇ ਲੋਕ ਰਵਿੰਦਰ ਇਸ ਗੱਲ ਦੀ ਗੱਲਬਾਤ ਕਰਦੇ ਆ ਟੱਚ ਵੀ ਰਹਿੰਦੇ ਆ ਅਸੀਂ ਖੁਦ ਵੀ ਇਸ ਗੱਲ ਨੂੰ ਸੋਚ ਰਹੇ ਆ ਕਿ ਜੇ ਕੋਈ ਇੰਨਾ ਪੋਲੀਟਿਸ਼ੀਨਾਂ ਤੋਂ ਹਟ ਕੇ ਜਿਹੋ ਜਿਹੇ ਰਾਜਨੀਤਿਕ ਲੋਕ ਹੈਗੇ ਜਿਨ੍ਹਾਂ ਨੇ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ ਆ ਲਗਾਤਾਰ ਲੁੱਟਣ ਤੋਂ ਸਿਵਾਏ ਕਰਨਾ ਹੀ ਕੁਝ ਨਹੀਂ ਜੇ ਕੋਈ ਚੰਗੇ ਬੰਦਿਆਂ ਦਾ ਇਮਾਨਦਾਰ ਬੰਦਿਆਂ ਦਾ ਜਿਹੜੇ ਧਰਤੀ ਨਾਲ ਜੁੜੇ ਹੋਣ ਸਮਝਦਾਰ ਵੀ ਹੋਣ ਐਕਟਿਵਿਸਟ ਹੋਣ ਜਿਉ ਕੋਈ ਤੀਜਾ ਕੌਥਾ ਕੋਈ ਵੀ ਫਰੰਟ ਜਿਹੜਾ ਬਣਾ ਕੇ ਪੰਜਾਬ ਨੂੰ ਬਚਾਉਣ ਲਈ ਔਰ ਪੰਜਾਬ 베ਸਡ ਹੋਵੇ ਉਹਦੀਆਂ ਜੜਾਂ ਦਿੱਲੀ 'ਚ ਨਾ ਹੋਣ ਜਾਂ ਯੂਪੀ 'ਚ ਨਾ ਹੋਣ ਜਾਂ ਕਿਤੇ ਹੋਰ ਨਾ ਹੋਣ ਉਹ ਇੱਥੇ ਹੋਣ ਇਹ ਗੱਲ ਲੋਕਾਂ ਦੀ ਦਿਲ ਦੀ ਤਮੰਨਾ ਆ ਹਾਲ ਦੀ ਕਿੜੀ ਦੇਖ ਨਹੀਂ ਰਿਹਾ ਹੋ ਸਕਦਾ ਜੇ ਲੋਕਾਂ ਦੀ ਕਿਸਮਤ ਚੰਗੀ ਹੋਵੇ ਹੋਊਗੀ ਤਾਂ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਕੋਈ ਪਲੇਟਫਾਰਮ ਉੱਭਰ ਕੇ ਸਾਹਮਣੇ ਆ ਜਾਏ ਜੀ ਪ੍ਰੋਫੈਸਰ ਸਾਹਿਬ ਇੱਕ ਆਖਰੀ ਸਵਾਲ ਆ ਇਸੇ ਵਿੱਚੋਂ ਹੀ ਮੇਰਾ ਸਵਾਲ ਨਿਕਲਦਾ ਹੈ ਤੁਹਾਡੀ ਇਸੇ ਗੱਲ 'ਚੋਂ ਕਿ ਤੁਹਾਨੂੰ ਤੁਹਾਡੇ ਨਜ਼ਰੀਏ ਮੁਤਾਬਕ ਕੀ ਹੈ ਕਿ ਪੰਜਾਬ ਨੂੰ ਬਚਾਉਣ ਵਾਲੀ ਜਮਾਤ ਕਿਹੜੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਦੀ ਹੋਵੇ ਜੇ ਸਿਆਸਤ ਦੇ ਵਿੱਚੋਂ ਆਪਾਂ ਨੂੰ ਕੁਝ ਲੋਕਾਂ ਨੂੰ ਚੁਣਨਾ ਹੋਵੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹੈਗੇ ਆ ਜੇ ਉਹਨਾਂ ਨੂੰ ਚੁਣ ਕੇ ਇੱਕ ਫਰੰਟ ਬਣਾਉਣ ਦੀ ਗੱਲ ਆਪਾਂ ਕਰੀਏ ਤਾਂ ਕਿਹੜਾ ਇਹੋ ਜਿਹਾ ਫਰੰਟ ਹੋਊਗਾ ਜਿਹੜਾ ਪੰਜਾਬ ਦੇ ਲੋਕ ਸਾਰੇ ਕਹਿੰਦੇ ਨੇ ਕਿ ਭਾਜਪਾ ਤੋਂ ਵੀ ਦੁਖੀ ਨੇ ਅਕਾਲੀ ਦਲ ਤੋਂ ਵੀ ਦੁਖੀ ਨੇ ਕਾਂਗਰਸ ਤੋਂ ਵੀ ਦੁਖੀ ਨੇ ਇਹੋ ਜਿਹਾ ਕਿਹੜਾ ਫਰੰਟ ਹੋਵੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਹੋਵੇ ਰਵੀ ਜਿਹੜੇ ਫਰੰਟ ਦੀ ਗੱਲ ਕਰਦੇ ਆ ਨਾ ਹੁਣ ਤੁਸੀਂ ਪਾਰਲੀਮੈਂਟ ਦੀਆਂ ਚੋਣਾਂ 'ਚ ਆਪਾਂ ਦੇਖ ਲਿਆ ਬੈਂਸ ਖੈਰ ਟਕਸਾਲੀਏ ਬੀਐਸਪੀ ਗਾਂਧੀਜੀ ਦੀ ਇੱਕ ਸਿੰਗਲ ਪਾਰਟੀ ਸਿੰਗਲ ਮੈਨ ਦੀ ਪਾਰਟੀ ਇਹ ਸਾਰੀਆਂ ਇਕੱਠੀਆਂ ਹੋ ਕੇ ਕਿੰਨੀ ਕੋਸ਼ਿਸ਼ ਕੀਤੀ ਹੈਨਾ ਇਹ ਇਹ ਉਹਦੇ 'ਚ ਨਿਕਲਿਆ ਕਿ ਕੁਝ ਵੀ ਨਹੀਂ ਜਣੀ ਉਹ ਚੱਲਣ ਤੋਂ ਪਹਿਲਾਂ ਫੁੱਸ ਫੁੱਸ ਫਸ ਕਰਕੇ ਜਿਤਰਾ ਛੁਰਲੀ ਜੀ ਚਲਦੀ ਨਹੀਂ ਨਾ ਉੱਥੇ ਕਈ ਵਾਰੀ ਅਤਿਸ਼ਬਾਜੀ ਵਾਲੀ ਡਿੱਗ ਪੈਂਦੀ ਉਹ ਨੇੜੇ ਹੀ ਡਿੱਗ ਪਈ ਕਿਉਂਕਿ ਜਦੋਂ ਵੀਰ ਦਵਿੰਦਰ ਖੜਾ ਹੋ ਗਿਆ ਆਨੰਦਪੁਰ ਸਾਹਿਬ ਤੋਂ ਉੱਥੋਂ ਹੀ ਸਾਰਾ ਕੰਮ ਟੈਸਨੈਸ ਹੋ ਗਿਆ ਉਹ ਕਹਿੰਦਾ ਜੀ ਮੈਂ ਨਹੀਂ ਪਿੱਛੇ ਹਟਣਾ ਉਹ ਕਹਿੰਦਾ ਚੰਗਾ ਜੀ ਫਿਰ ਗਿਆ ਫਰੰਟ ਫਰੰਟ ਦੀ फ्रंट ਵੀ ਚੱਲ ਸਕਦਾ ਪਰ ਕਿਹੜਾ ਫਰੰਟ ਹੋਵੇ ਉਹ ਰਾਜਨੀਤਿਕ ਕੱਡੇ ਵੱਡੇ ਟੁੱਟੇ ਭੱਜੇ ਲੋਕਾਂ ਦਾ ਫਰੰਟ ਨਹੀਂ ਬਣੂਗਾ ਉਹ ਤੇ ਖੁਦ ਇੰਨੀਆਂ ਉਹਨਾਂ ਦੀਆਂ ਆਪਣੀਆਂ ਐਸਪੀਰੇਸ਼ਨਸ ਹੈਗੀਆਂ ਜਿਨ੍ਹਾਂ ਨੂੰ ਮਹੱਤਵ ਕਾਂਖਸ਼ਾਾਂ ਹੈਗੀਆਂ ਕਿ ਉਹ ਉਹ ਆਪਣੇ ਆਪ ਨੂੰ ਤੇ ਸਾਰੇ ਲੀਡਰ ਸਮਝਦੇ ਹੋ ਫਿਰ ਇਕੱਠੇ ਕਿਵੇਂ ਰਹਿਣਗੇ ਉਹ ਤੇ ਡੱਡੂਆਂ ਦੀ ਪੰਸੇਰੀ ਹੈ ਲੋਕਾਂ ਦਾ ਮਹਾਜ ਜਿਹੜਾ ਤੁਸੀਂ ਕਹਿੰਦੇ ਹੋ ਉਹ ਚੱਲ ਸਕਦਾ ਜਿਵੇਂ ਇੱਥੇ ਕਿਸਾਨ ਇੱਥੇ ਦੇ ਏਮਪਲਾਈ ਇੱਥੇ ਦੇ ਜਿਹੜੇ ਟ੍ਰੇਡ ਯੂਨੀਅਨ ਇੱਥੇ ਦੇ ਐਕਟੀਵਿਸਟ ਇੱਥੇ ਦੇ ਯੰਗ ਯੂਥ ਖਾਸ ਕਰਕੇ ਬਹੁਤ ਜ਼ਰੂਰੀ ਹੈ ਜੁੱਧ ਦਾ ਅੱਗੇ ਆਉਣਾ ਇਹ ਉਹ ਮਾਹੌਲ ਬਣ ਗਿਆ ਜਦੋਂ ਆਜ਼ਾਦੀ ਤੋਂ ਪਹਿਲਾਂ ਇੱਕ ਵਾਰੀ ਯੂਥ ਵੱਡੇ ਪੱਦਰ ਤੇ ਆਇਆ ਭਗਤ ਸਿੰਘ ਹੁਣੀ ਸਾਡੇ ਸਿੰਬਲ ਬਣੇ ਸੀ ਕਰਤਾਰ ਸਿੰਘ ਸਰਾਭਾ ਸਾਡੇ ਸਿੰਬਲ ਬਣੇ ਤੇ ਆਜ਼ਾਦੀ ਮਿਲੀ ਹੁਣ ਸਾਡਾ ਦੂਰਾ ਕੰਮ ਹੈ ਇੱਕ ਤੇ ਇਨ੍ਹਾਂ ਤੋਂ ਆ ਜਿਹੜੀ ਰਾਜਨੀਤਿਕ ਜਮਾਤ ਨਵੀਆਂ ਜੋਕਾਂ ਵਾਂਗੂ ਪੈਦਾ ਹੋ ਗਈ ਸਾਨੂੰ ਨਿਚੋੜਨ ਲਈ ਸਾਨੂੰ ਖਾੜਾ ਕੂਨ ਪੀਣ ਲਈ ਇਨ੍ਹਾਂ ਤੋਂ ਆਜ਼ਾਦੀ ਔਰ ਇੱਕ ਜਿਹੜੀ ਗੁਰਬਤ ਤੇ ਪਛੜੇ ਪੰਣ ਤੋਂ ਲੋਕਾਂ ਦੀ ਆਜ਼ਾਦੀ ਇਸ ਲਈ ਇੱਕ ਨਵੀਂ ਫੋਰਸ ਹੈ ਉਹ ਜਿਹੜੀ ਲੋਕਾਂ ਦੇ ਰੈਂਕ ਵਿੱਚੋਂ ਅਮਰਜ ਹੋ ਕੇ ਆਵੇ ਔਰ ਉਹਨਾਂ ਨੂੰ ਇਹੋ ਜੀਆਂ ਲੀਹਾਂ ਦੇ ਉੱਤੇ ਜਾਗ ਨਾ ਲੱਗੀ ਹੋਵੇ ਉਹ ਨੰਗੇ ਧੜ ਨੰਗੇ ਪੈਰ ਕੁਰਤੇ ਪਜਾਮੇ ਟੁੱਟੇ ਭੱਜੇ ਪਾ ਕੇ ਲੋਕਾਂ ਚ ਆਉਂਦੇ ਉਹ ਆ ਕੇ ਇੱਥੇ ਪੰਜਾਬ ਦਾ ਕੋਈ ਅਪਹਾਰ ਕਰ ਸਕਦੀ ਆ ਕਿਉਂਕਿ ਉਹਨਾਂ ਨੇ ਜੇਬ ਤੋਂ ਕੁਝ ਨਹੀਂ ਖਰਚਿਆ ਹੋਊਗਾ ਇਸ ਲਈ ਉਹਨਾਂ ਨੂੰ ਲੁੱਟਣ ਦੀ ਲਾਲਸਾ ਵੀ ਨਹੀਂ ਹੋਊਗੀ ਇਹ ਜਿਹੜੇ 5-5 ਕਰੋੜ 10-10 ਕਰੋੜ 50-50 ਕਰੋੜ ਰੁਪਏ ਖਰਚ ਕੇ ਆਉਂਦੇ ਆ ਉਹ ਤੇ ਬਿਜ਼ਨਸ ਕਰਨ ਆਉਂਦੇ ਆ ਜਾਂ ਤੇ ਆਪਣੇ ਪਹਿਲੇ ਵਾਲੇ ਬਿਜ਼ਨਸ ਨੂੰ ਕੋਈ ਸਹਾਰਾ ਦੇਣ ਆਉਂਦੇ ਆ ਜਾਂ ਲੁੱਟਣ ਆਉਂਦੇ ਆ ਸਾਫ਼-ਸਾਫ਼ ਆ ਇਸ ਕਰਕੇ ਇੰਨਾ ਹਾਲਾਤਾਂ ਦੇ ਵਿੱਚ ਇਹ ਤੇ ਬਾਰ ਬਾਰ ਚੱਕਰ ਰਵੀ ਇਹੋ ਹੀ ਚੱਲਦਾ ਰੂ ਉੱਤਰ ਕਾਂਟੋ ਮੈਂ ਚੜਾਂ ਵਾਲਾ ਇਹਦੇ ਤੋਂ ਪੰਜਾਬ ਦੇ ਲੋਕ ਇੰਨੇ ਕਿ ਸਮਝਦਾਰ ਹੈ ਪੋਲੀਟੀਕਲੀ ਕੌਂਚੇ ਸੀ ਕਿ ਉਹ ਛਟਕਾਰਾ ਪਾਉਣਾ ਚਾਹੁੰਦੇ ਆ ਹੁਣ ਛੜਕਾਰਾ ਇੱਕ ਵਾਰੀ ਜ਼ਰੂਰ ਹੈ ਚਿੰਗ ਲੱਗੀ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉਹ ਅੱਛੇ ਲਸ਼ਕਾਰਾ ਪਿਆਸੀ ਬਿਲਕੁਲ ਮੈਂ ਤੁਹਾਡੀ ਗੱਲ ਕੱਟਣ ਲੱਗਾ ਮੈਂ ਹਾਂ ਆਈ ਵਾਸ ਦੇਆ ਮੈਂ ਤੇ ਐਸੀ ਕੋ ਲੀਡ ਕੀਤੀ ਮੈਂ ਉਸ ਜਿਹੜੀ ਇਲੈਕਸ਼ਨ ਵਾਲੀ ਹੈ 2000 ਆਮ ਆਦਮੀ ਪਾਰਟੀ ਵੀ ਉਸੇ ਤਰ੍ਹਾਂ ਹੀ ਟੁੱਟੇ ਭੱਜੇ ਚ ਕਪੜੇ ਪਾ ਕੇ ਟੁੱਟੀਆਂ ਭੱਜੀਆਂ ਜੁੱਤੀਆਂ ਲੈ ਕੇ ਹੀ ਲੋਕਾਂ ਚ ਆਈ ਬਿਲਕੁਲ ਮੈਂ ਮੈਂ ਉਹਨੂੰ ਲੀਡ ਕਰ ਰਿਹਾ ਸੀ ਪਰ ਕੀਤਾ ਕੀ ਕਿਉਂਕਿ ਕੇਜਰੀਵਾਲ ਨੇ ਜੋ ਆਪਣਾ ਇਮੇਜ ਦਿੱਤਾ ਸੀ ਮੈਂ ਆਮ ਆਦਮੀ ਆ ਉਹ ਆਮ ਆਦਮੀ ਨਹੀਂ ਉਹ ਤੇ ਖਾਸ ਆਦਮੀਆਂ ਦਾ ਵੀ ਬਾਪ ਨਿਕਲਿਆ ਜੀ ਮੈਂ ਮਤਲਬ ਕੋਈ ਇੰਡੀਵਿਜੂਅਲ ਕਿਸੇ ਦੇ ਉੱਤੇ ਕਰਨਾ ਨਹੀਂ ਚਾਹੁੰਦਾ ਪਰ ਅੱਜ ਜੋ ਉਹਨਾਂ ਨੇ ਕੀ ਫੈਸਲਾ ਲਿਆ ਇਕੱਲੇ ਇਕੱਲੇ ਤੇਵਰ ਸਾਹਮਣੇ ਆ ਰਹੇ ਹਨ ਸਾਡੀਆਂ ਮਹੱਲਾ ਕਲੀਨਿਕ ਜੀ ਸਾਡਾ ਆ ਜੀ 14 ਹਜ਼ਾਰ ਕਰੋੜ ਰੁਪਈਆ ਕੱਲਾ ਦਿੱਲੀ ਦਾ ਬਜਟ ਆ ਹਸਪੀਟਲਸ ਦਾ ਸਿਰਫ ਹਸਪੀਟਲਸ ਦਾ ਇੰਨਾ ਤੇ ਛੋਟੀ ਸਟੇਟ ਦਾ ਨਹੀਂ ਬਜਟ ਹੈਗਾ ਪੂਰੀ ਦਾ ਉਸ ਦੇ باوجود ਕਹਿੰਦੇ ਕਿ ਅਸੀਂ ਬਾਹਰੋਂ ਉਹਨੇ ਐਲਾਨ ਕਰ ਦਿੱਤਾ ਕਿ ਅਸੀਂ ਬਾਹਰੋਂ ਕੋਈ ਜਿਹੜੇ ਆ ਹਸਪਤਾਲਾਂ ਦੇ ਵਿੱਚ ਮਰੀਜ਼ ਨਹੀਂ ਲਵਾਂਗੇ ਇਹ ਕੇਚਰੀਵਾਲ ਦਾ ਹੈਲਥ ਸਿਸਟਮ ਆ ਇਹ ਕੇਚਰੀਵਾਲ ਦਾ ਦੁਨੀਆਂ ਦੇ ਲੋਕਾਂ ਲਈ ਦੇਸ਼ ਦੀ ਰਾਜਧਾਨੀ ਚ ਰਿਸਪਾਂਸ ਆ ਬਿਲਕੁਲ ਸੈਲਫਿਸ਼ ਤੇ ਬਿਲਕੁਲ ਨੈਗੇਟਿਵ ਤੇ ਬਿਲਕੁਲ ਸਵਾਰਥੀ ਤੇ ਰਾਜਨੀਤਿਕ ਬਿਆਨ ਸੀਗਾ ਇਹ ਐਹੋਜੀ ਰਾਜਨੀਤੀ ਜਿਹਾ ਐਹੋਜੇ ਬੰਦੇ ਇੱਥੇ ਕਾਮਯਾਬ ਹੋ ਵੀ ਜਾਣ ਉਹ ਮੈਨੂੰ ਐਵੇਂ ਲੱਗਦਾ ਕਿ ਅੰਦਰੋਂ ਕੁਝ ਹੋਰ ਸੀ ਲਸ਼ਕਾਰਾ ਜਿਹਾ ਪੈ ਗਿਆ ਇੱਕ ਵਾਰੀ ਲੋਕਾਂ ਨੂੰ ਲੱਗਾ ਲੋਕਾਂ ਨੇ ਕੱਟੋ-ਕੱਟ 5 ਸਾਲ ਤੱਕ ਇਹਨਾਂ ਨੂੰ ਦੇਖਣ ਦਾ ਯਤਨ ਕੀਤਾ ਮੈਨੂੰ ਨਹੀਂ ਲੱਗਦਾ ਦੁਬਾਰਾ ਇਸ ਇਹੋ ਜਿਹੇ ਲੀਡਰਾਂ ਨੂੰ ਜਾਂ ਇਸ ਕਿਸਮ ਦੀ ਪੋਲਿਟਿਕਸ ਜੋ ਆਮ ਬੰਦੇ ਦੀ ਪੋਲਿਟਿਕਸ ਕਹਿੰਦੇ ਉਹਨਾਂ ਦਾ ਨਾਮ ਹੀ ਆਮ ਆਦਮੀ ਪਾਰਟੀ ਔਰ ਕਰਦੇ ਉਹ ਖਾਸਮ ਖਾਸ ਕੰਮ ਕਰਨੇ ਔਰ ਪੈਸੇ ਵੀ ਲੈ ਲੈ ਲੋਕਾਂ ਕੋਲ ਟਿਕਟਾਂ ਵੀ ਵੇਚਤੀਆਂ ਉਹਨਾਂ ਦੇ ਲੀਡਰ ਵੀ ਲੈ ਕੇ ਆਗੇ ਤੇ ਫਿਰ ਤੁਹਾਡਾ ਸ਼ੁਰੂਆਤ ਹੀ ਜਦੋਂ ਇਹੋ ਜੀ ਸੀਗੀ ਤੇ ਫਿਰ ਉਹਦਾ ਐਂਡ ਵੀ ਉਹੋ ਜਿਹਾ ਹੋਣਾ ਚਾਹੀਏ ਇਸ ਕਰਕੇ ਉਹ ਇੱਕ ਵਾਰੀ ਸਿਗੀ ਤੇ ਜ਼ਰੂਰ ਆਮ ਆਦਮੀ ਪਾਰਟੀ ਦੀ ਝਲਕ ਅਸੀਂ ਖੁਦ ਗਏ ਆ ਮੈਂ ਤੇ ਖੁਦ ਕਹਿ ਰਿਹਾ ਮੈਂ ਸਾਲ ਇੱਕ ਕੰਮ ਕੀਤਾ ਡੇਢ ਸਾਲ ਉਹਨਾਂ ਦੇ ਅੰਦਰ ਪਰ ਮੈਨੂੰ ਬੜੀ अर्ਲੀ ਸਟੇਜ ਤੇ ਪਤਾ ਲੱਗ ਗਿਆ ਵੀ ਇਹ ਕੰਮ ਉਹ ਨਹੀਂ ਹੈ ਜੋ ਅਸੀਂ ਸੋਚ ਕੇ ਚੱਲੇ ਆ ਇਹ ਕਿਤੇ ਹੋਰ ਲੈ ਜਾਣਗੇ ਅਸੀਂ ਪਛਾਣ ਹਟ ਗਈ ਤਾਂ ਐਸੀ ਅੱਜ ਦਾ ਸਟੋਰੀ ਆਫ ਦਿਡੇ ਦਾ ਮੁੱਦਾ ਕੱਲ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮੁੱਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ